ਪਾਠ ਮੈਂ ਕੱਲ ਡੇਰਾ ਬਿਆਸ ਗਿਆ ਸਤਸੰਗ ਸੁਣਿਆ ਬਾਬਾ ਜੀ ਦਾ। ਕੀ ਅੱਛੀਆਂ ਗੱਲਾਂ ਕੀਤੀਆਂ ਉਹਨਾਂ ਨੇ ਸਿੰਪਲ ਪਾਠ ਦਿਲਚਸਪ ਸਭ ਕੁਝ ਹਾਲਾਂਕਿ ਮੈਂ ਥੋੜਾ ਜਿਹਾ ਪਾਠ ਕਰਦਾ ਮੈਂ ਕੋਈ ਬਹੁਤ ਜ਼ਿਆਦਾ ਲੰਬਾ ਚੌੜਾ ਨਹੀਂ ਕਰ ਸਕਦਾ। ਇਹ ਕਹਿੰਦਾ ਉਹਨਾਂ ਨੇ ਕਿਹਾ ਕਿ ਤੁਸੀਂ ਮੋਨੂਮੈਂਟਸ ਨੂੰ ਪੂਜਣ ਜਾਂਦੇ ਹੋ ਬਿਲਡਿੰਗਸ ਨੂੰ ਕਿਉਂਕਿ ਰੱਬ ਤਾਂ ਹਰ ਇੱਕ ਬੰਦੇ ਦੇ ਅੰਦਰ ਹੈ। ਗੱਲ ਕਰਮ ਦੀ ਆ। ਤੁਸੀਂ ਕਰਮ ਮਾੜੇ ਕਰ ਰਹੇ ਹੋ ਤੇ ਚਾਰ ਵਾਰੀ ਦਿਨ ਚ ਮੰਦਿਰ ਗੁਰਦੁਆਰੇ ਜਾ ਰਹੇ ਇਟਸ ਫਿਊਟਾਈਲ। ਤੁਸੀਂ ਬਾਣੀ ਸਾਰੀ ਜਾਣਦੇ ਹੋ ਗੁਰਦੁਆਰੇ ਤੇ ਮੰਦਿਰ ਵੀ ਜਾਣਦੇ ਹੋ ਤਾਂ ਤੁਹਾਡੇ ਬਜ਼ੁਰਗ ਮਾਪਿਓ ਘਰਾਂ ਚ ਅੰਗੋਲੀਆਂ ਕਰਕੇ ਬੁੱਢੇ ਪਏ ਨੇ ਯੂਸਲੈਸ ਇਹਦੇ ਨਾਲੋਂ ਤੁਸੀਂ ਚਾਰ ਚੰਗੇ ਕੰਮ ਕਰ ਲਓ ਪਾਠ ਪਾਵਾਂ ਥੋੜਾ ਘੱਟ ਕਰ ਲਓ ਸੋ ਇਸ ਕਰਕੇ ਦਿਸ ਇਜ਼ ਮਾਈ ਫਲਸਫੀ ਔਰ ਕੱਲ ਉਹਨੂੰ ਰੀਟ੍ਰੀਟ ਕੱਲ ਮੈਂ ਆਪਣੇ ਦਿਮਾਗ ਕੰਨਾਂ ਚ ਇਹ ਵੀ ਸੁਣਾ ਬਾਬਾ ਜੀ ਨੇ ਇੱਕ ਹੋਰ ਬੜੀ ਅੱਛੀ ਗੱਲ ਕਹੀ ਆਪਾਂ ਮੰਗਦੇ ਬਹੁਤ ਆ ਰੱਬ ਕੋਲੋਂ ਮਾਫ ਕਰਨਾ 100 ਰੁਪਏ ਦਾ ਮੱਥਾ ਟੇਕ ਕੇ ਤੇ ਘੱਟੋ ਘੱਟ 1 ਕਰੋੜ ਦੀ ਚੀਜ਼ ਮੰਗਦੇ ਆ ਅਰਦਾਸ ਕਰਦੇ ਆ ਵੀ ਗੱਡੀ ਵੀ ਮਿਲ ਜੇ ਮੇਰੇ ਬੱਚੇ ਨੂੰ ਨੌਕਰੀ ਵੀ ਮਿਲ ਜੇ ਘਰ ਵੀ ਅੱਛਾ ਬਣ ਜੇ ਉਹਨਾਂ ਨੇ ਕਹੇ ਮੰਗਣਾ ਬੰਦ ਕਰੋ ਪਹਿਲਾਂ ਉਹਦਾ ਉਹ ਧੰਨਵਾਦ ਕਰੋ ਜੋ ਤੁਹਾਡੇ ਕੋਲ ਹੈਗਾ ਹੁਣ ਇਸ ਵੇਲੇ ਉਸ ਪਾਹੀ ਗੁਰੂ ਦਾ ਪਰਮਾਤਮਾ ਈਸ਼ਵਰ ਅੱਲਾ ਗॉड ਦਾ ਧੰਨਵਾਦ ਕਰੋ ਜੋ ਤੁਹਾਨੂੰ ਉਹਨੇ ਜਿੱਥੇ ਰੱਖਿਆ ਵਾ ਜੋ ਤੁਹਾਨੂੰ ਦਿੱਤਾ ਵਾ ਪਹਿਲਾਂ ਉਹਦਾ ਧੰਨਵਾਦ ਕਰੋ ਤੇ ਫਿਰ ਕਰਮ ਅੱਛੇ ਕਰੋ ਸੋਾਇ ਗੋ ਬਾਈ ਥੈਟ ਫਿਲਾਸਫੀ ਜੇ ਤਾਂ ਪਬਲਿਕ ਫਿਗਰ ਹੋ ਇੰਟਰਨੈਸ਼ਨਲ ਪਰਸਨੈਲਿਟੀ ਫਿਰ ਲੋਕ ਮਿਲ